ਤਾਂ ਫਿਰ ਆਪਣਾ ਬੀਪੀ ਵਧਾ ਕੇ ਘਰੇ ਜਾਵਾਂਗੇ, ਫਿਰ ਕਿੱਦਾਂ ਡਿਊਟੀ ਕਿੱਦਾਂ ਕਰ ਲਾਂਗੇ, ਬੱਚੇ ਵੀ ਪਾਲਣੇ ਆ, ਸਭ ਕੁਝ ਘਰ ਵੀ ਦੇਖਣਾ। ਤੇ ਸੈਂਪਲ ਲੈਣ ਲਈ ਖੜਾ ਕੀਤਾ, ਪਰ ਉਹਦੇ ਨੇ ਉਹਨੇ ਸਾਡੇ ਨਾਲ ਮਿਸਬਿਹੇਵ ਬਹੁਤ ਕੀਤਾ, ਇਹ ਸਰਕਾਰ ਦਾ ਹੱਕ ਹੀ ਹੈ ਵੀ ਸਾਡੇ ਸੈਂਪਲ ਲੈ ਸਕਦੀ ਹੈ, होशियारपुर पुलिस लाइन के पास बीते दिन डिस्ट्रिक्ट हेल्थ ऑफिसर लखवीर सिंह के द्वारा दूध के सैंपल लिए जा रहे थे। माहौल उस समय तनावपूर्ण हो गया जब दूध विक्रेता को रोक उनके दूध के सैंपल उनकी टीम के द्वारा लिए गए। दूध विक्रेता के द्वारा यह कहा गया कि जब सरकार हमें किसी प्रकार की सब्सिडी नहीं देती तो हमारे दूध का सैंपल क्यों ले रही है। माहौल को बिगड़ता देख DHO साहिब को पुलिस को बुलाना पड़ा। ਪੱਠਿਆਂ ਦਾ ਸੈਂਪਲ ਕਿਉਂ ਨਹੀਂ ਭਰੇ? ਤੁਸੀਂ ਯੂਰੀਆ ਨਹੀਂ ਕਿਉਂ? ਉਹ ਯੂਰੀਆ ਦੋ ਚਾਣੀ ਕਾ ਚਾਣੀ ਯੂਰੀਆ ਦੇਖੋ ਭਾਜੀ ਰੌਲਾ ਪਾਉਣਾ ਸ਼ੁਰੂ ਕਰਦੇ ਜੇ ਰੇਟ ਦੀ ਗੱਲ ਕਰਦੇ। ਅਸੀਂ ਅੱਜ ਸੈਂਪਲ ਲੈ ਰਹੇ ਆ, ਲੈਬ ਨੂੰ ਭੇਜਣਾ, ਲੈਬ ਕਹਦਾ ਏ ਸਰਕਾਰ ਪ੍ਰੈਸ਼ਰ ਆ, ਸਰਕਾਰ ਬਾਹਰ ਉਹਨਾਂ ਚਿਰ ਅਸੀਂ ਤੁਹਾਡੇ ਦੁੱਧ ਚ ਨੁਕਸ ਨਹੀਂ ਕੱਢਿਆ, ਸਰਕਾਰ ਸਾਨੂੰ 20 ਰੁਪਏ ਰੇਟ ਦੇ ਰਹੀ ਹੈ ਜੋ ਕਿ ਇਹਨਾਂ ਦੀ ਡਿਊਟੀ ਤਾਂ ਸਿਰਫ ਸੈਂਪਲਿੰਗ ਦੀ ਆ, ਇਹਨਾਂ ਨੇ ਥੋੜਾ ਇਹਨੂੰ ਗਵਰਨਮੈਂਟ ਕੋਲ ਕਰਨਾ। ਪੰਗਾ ਕੋਈ ਨਹੀਂ ਹੈਗਾ, ਸੈਂਪਲਿੰਗ ਕਰਨੀ ਹੈ, DHO ਦਾ ਕੰਮ ਹੈ, ਫੂਡ ਸੇਫਟੀ ਅਫਸਰ ਨਾਲ ਹੈ, ਟੀਮ ਹੈ, ਆਰਡਰ ਬਣੇ ਆ। ਹਾਂਜੀ, ਸੈਂਪਲ ਅਸੀਂ ਲੈ ਰਹੇ ਹਾਂ ਜਿਉਂ ਹੋਰ ਹੀਰਾਂ ਤੋਂ ਚੱਲੇ ਹਾਂ, ਜਿੱਥੇ ਜਿੱਥੇ ਵੀ ਸਾਨੂੰ ਲੱਗਦਾ ਵੀ ਸੈਂਪਲ ਲੈਣੇ ਚਾਹੀਦੇ ਜ਼ਰੂਰੀ। ਇਹ ਕੁਛ ਕੰਪਲੇਂਟਸ ਹੈ ਉਹਨਾਂ ਦੇ ਵੀ ਅਸੀਂ ਕਰਨੇ ਅਤੇ ਕੁਛ ਅਸੀਂ ਰੂਟੀਨ 'ਚ ਵੀ ਕਰਨੇ। ਦੁੱਧ ਦਾ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਵੀ ਮਿਲਕ ਪ੍ਰੋਡਕਟ 'ਤੇ ਸਵਾਲੀਆ ਨਿਸ਼ਾਨ ਬਹੁਤ, ਸਵਾਲ ਬਹੁਤ ਉੱਠਦੇ ਆ, ਅਤੇ ਅਸੀਂ ਉਹਦਾ ਫੋਕਸ ਸਾਡਾ ਜ਼ਿਆਦਾ ਕੰਪੈਟੇਬਲੀ ਸਰਕਾਰ ਦਾ ਵੀ ਇਹ ਮੰਤਵ ਹੈ ਵੀ ਜਿਹੜਾ ਦੁੱਧ ਅਤੇ ਦੁੱਧ ਦੇ ਪ੍ਰੋਡਕਟ ਜਿਹੜੇ ਆ ਨਾ ਉਹਨਾਂ ਦੀ ਸੈਂਪਲਿੰਗ ਜ਼ਿਆਦਾ ਕੀਤੀ ਜਾਵੇ, ਕਿਉਂਕਿ ਮਿਲਕ ਇੰਨਾ ਪ੍ਰੋਡਕਸ਼ਨ ਨਹੀਂ ਹੈਗੀ, ਕੰਜਮਪਸ਼ਨ ਜ਼ਿਆਦਾ ਆ, ਅਤੇ ਅਡਲਟਰੇਸ਼ਨ ਹੋਣੀ, ਪਾਣੀ ਮਿਲਾਉਣਾ ਜਾਂ ਸਿੰਥੈਟਿਕ ਚੀਜ਼ਾਂ ਬਣਨੀਆਂ ਉਹ ਵੀ ਸੁਭਾਵਿਕ ਹੈ। ਸੋ ਉਹਦੇ ਵਾਸਤੇ ਅਸੀਂ ਰੂਟੀਨ 'ਚ ਸੈਂਪਲਿੰਗ ਕਰ ਰਹੇ ਹਾਂ। ਪਹਿਲਾਂ ਅਸੀਂ ਵੇਰਕਾ ਦੇ ਬੂਥ ਤੋਂ ਵੀ ਸੈਂਪਲ ਲਿਆ, ਫਿਰ ਅਸੀਂ ਇੱਕ ਵੈਂਡਰ ਜਿਹੜਾ ਮੋਟਰਸਾਈਕਲ 'ਤੇ ਜਾ ਰਿਹਾ ਬੰਦਾ ਉਹਦਾ ਵੀ ਅਸੀਂ ਸੈਂਪਲ ਲਿਆ ਦੋਧੀ ਦਾ, ਉਸ ਤੋਂ ਬਾਅਦ ਇਹ ਥਰਡ ਬੰਦੇ ਦਾ ਸੈਂਪਲ ਇੱਥੇ ਇਸ ਸਪੋਟ 'ਤੇ ਅਸੀਂ ਲਿਆ ਅਤੇ ਸੈਂਪਲ ਲੈਣ ਲਈ ਖੜਾ ਕੀਤਾ, ਪਰ ਉਹਨੇ ਸਾਡੇ ਨਾਲ ਮਿਸਬਿਹੇਵ ਬਹੁਤ ਕੀਤਾ। ਉਹ ਸਾਨੂੰ ਕਹਿ ਰਹੇ ਤੁਸੀਂ ਧੱਕਾ ਕਰਦੇ ਹੋ, ਤੁਰੇ ਜਾਂਦੇ, ਸੈਂਪਲ ਨਹੀਂ ਲੈ ਸਕਦੇ, ਸਾਡੀ ਟੀਮ ਨਾਲ ਵੀ ਮਿਸਬਿਹੇਵ ਕੀਤਾ। ਸੋ ਇਹ ਠੀਕ ਨਹੀਂ ਹੈਗਾ, ਸੈਂਪਲ ਲੈਣਾ ਸਾਡੀ ਰੂਟੀਨ ਹੈ। ਅਸੀਂ ਇਹ ਕਹਿੰਦੇ ਵੀ ਤੁਸੀਂ ਸਾਡੇ 'ਚ ਨੁਕਸ ਕਰਦੇ ਹੋ, ਅਸੀਂ ਕਹਿੰਦੇ ਅਸੀਂ ਤੁਹਾਡਾ ਸੈਂਪਲ ਲੈ ਕੇ ਚੰਡੀਗੜ੍ਹ ਲੈਬ ਨੂੰ ਖਰੜ ਭੇਜ ਰਹੇ ਹਾਂ। ਅਸੀਂ ਤੁਹਾਨੂੰ ਕਦੋਂ ਕਹਿਤਾ ਵੀ ਤੁਹਾਡੇ ਦੁੱਧ 'ਚ ਅਡਲਟਰੇਸ਼ਨ ਹੈ? ਉਹ ਤਾਂ ਲੈਬੋਰੇਟਰੀ ਜਿਹੜੀ ਆ ਉਹ ਸਰਟੀਫਾਈ ਕਰੇਗੀ, ਉੱਥੋਂ ਰਿਪੋਰਟ ਆਊਗੀ, ਰਿਪੋਰਟ 'ਚ ਆ ਜਾਏਗਾ ਆਪੇ ਜੋ ਵਿੱਚ ਦੁੱਧ ਦਾ ਦੁੱਧ ਦੁੱਧ ਪਾਣੀ ਦਾ ਪਾਣੀ ਕਿੱਦਾਂ ਹੋ ਜਾਊਗਾ, ਠੀਕ ਹੈ। ਤੋ ਸੋ ਅੱਜ ਅਸੀਂ ਇਹ ਲੋਕਾਂ 'ਚ ਸੰਦੇਸ਼ ਦੇਣਾ ਚਾਹੁੰਦੇ ਵੀ ਦੋਨੇ ਹੀ ਪਾਸਿਓਂ ਬਾਈਲੈਟਰਲੀ ਵੀ ਇਹ ਅਪਰੋਚ ਹੋਣੀ ਚਾਹੀਦੀ ਹੈ, ਲੋਕ ਵੀ ਕੌਨਸ਼ੀਅਸ ਹੋਣ ਵੀ ਜਿਹੜੀ ਅਸੀਂ ਇਕੱਲੇ ਇਹ ਡਿਊਟੀ ਨਹੀਂ ਕਰ ਸਕਦੇ, ਲੋਕ ਵੀ ਇਹਨੂੰ ਰੋਕਣ ਲਈ ਆਗਾਹ ਹੋਣ ਵੀ ਜਿਹੜਾ ਸ਼ੁੱਧ ਚੀਜ਼ ਇਹਨਾਂ ਨੂੰ ਕਹਿਣ। ਜਿੱਦਾਂ ਇਹਨਾਂ ਨੇ ਸਵਾਲ ਉਠਾਇਆ ਵੀ ਸਾਨੂੰ ਦੁੱਧ ਦਾ ਰੇਟ ਨਹੀਂ ਮਿਲਦਾ, ਅਤੇ ਅਸੀਂ ਤਾਂ ਮੈਂ ਤਾਂ ਆਪਣੇ ਜਿਹੜਾ ਘਰ ਦੁੱਧ ਦਿੰਦਾ ਉਹਨੂੰ ਮੈਂ ਕਹਿੰਦਾ ਹੁੰਦਾ ਯਾਰ ਰੇਟ ਤੂੰ ਲਾ ਲਈ ਆਪਣਾ, ਪਰ ਮੈਨੂੰ ਦੁੱਧ ਸਹੀ ਕੁਆਲਿਟੀ ਦਾ ਦੇਈ। ਅਤੇ ਲੋਕਾਂ ਨੂੰ ਵੀ ਇੱਦਾਂ ਚਾਹੀਦਾ ਤਾਂ ਕਿ ਇਹ ਵੀ ਜਿਹੜੀ ਸ਼ਿਕਾਇਤ ਕਰਦੇ ਆ ਇਹਨਾਂ ਦੀ ਵੀ ਸ਼ਿਕਾਇਤ ਨਾ ਰਹੇ, ਅਤੇ ਲੋਕ ਵੀ ਜਿਹੜਾ ਲੋਕ ਜ਼ਰੂਰ ਪਾਣੀ ਦੇ ਪੈਸੇ ਦੇਣੇ, ਲੋਕ ਇਹਨਾਂ ਨੂੰ ਕਹਿਣ ਦੁੱਧ ਦੁੱਧ ਪੈਸੇ ਦੇਈਏ। ਸੋ ਅਸੀਂ ਅੱਜ ਸੈਂਪਲ ਲੈਣ ਆਏ ਹਾਂ, ਪਰ ਦੁੱਖ ਇਸ ਗੱਲ ਦਾ ਵੀ ਰੂਟੀਨ ਡਿਊਟੀ ਕਰਦੇ ਹਾਂ, ਸਰਕਾਰੀ ਡਿਊਟੀ ਕਰਦੇ ਹਾਂ, ਸਾਨੂੰ ਪੁਲਿਸ ਬੁਲਾਉਣੀ ਪਈ ਹੈ, ਸਾਡੇ ਨਾਲ ਮਿਸਬਿਹੇਵ ਵੀ ਕੀਤਾ ਇਹਨਾਂ ਨੇ,
तो ये अच्छी गल नहीं हैगी। सरकारी कर्मचारी नाल ये जस्टिफाइड नहीं हैगा। इदा तो असी रोज़ रूटीन ड्यूटी करनी है, अच तो फिर अपना बीपी बढ़ा के घर जावे, फिर कि ड्यूटी किदा कर लाँगे, बच्चे भी पालने हैं, सब कुछ घर भी देखना। इदा के बंदे जो सानू टक्करनगे तो फिर तो होगी सैंपलिंग, फिर तो अडल्ट्रेशन रोकगी। असी तीन तीन बजे जाके भी नाका लाने, नशहरा पत्तन और उत्थे टांडे के परे श्री हरगोबिंदपुर पुल से तीन बजे जाके नाका लाया, असी उत्थे पनीर दियां गड्डियां फड़ियां। असी उन्होंने कहता भी थोड़ा पनीर नकली है, असी उन्होंने बिल्कुल नहीं कहा भी थोड़ा पनीर, असी उन्होंने बिल्कुल नहीं कहा थोड़ा पनीर नकली है। सब कुछ असी जिदा ये कहें दुध ना पी के केड़ा मरिया, असी कल क्या दुध ना पी के मरिया, पर दुध च भी जी गौ की गां की है मझ की है ज मिक्स दुध है जी है कोई स्पैसीफिक फैट SNF होनी चाहिए ना, उ टैसट होने उपरों जो वाटर मिलाया होगा तो वो घट होगी। तो ओबियसली हूँ जोड़ा एक्ट है वो तो जे सब स्टैंडर्ड दुध आता यह साढ़े ना एवं लड़ रहे हैं, जे सब स्टैंडर्ड दुध आता उस पेनल्टी पी है, सजा सज़ा नहीं है कि नवे एक्ट में जी पेनल्टी। असी अज सैंपल ले लिया, सील ला ली है मोटरसाइकिल जोड़ा नंबर सी PB07A X0968 मोटरसाइकिल का नंबर है। असी ये जो सैंपल भर के सैंपल सवेरे तड़के भेज देने, जो रिपोर्ट आऊगी वो मुताबिक कानूनी कार्रवाई करा। साढ़े नाल सानू जो असी किसी दुध बाजार च पाते पे हाँ उन्होंने जो कही भी साढ़ा दुध रेट बढ़ गया, वो की कहता तू बेशक थोड़ा हल्का कर दे थोड़ा पतला कर दे तो रेट ना बधा, सानू ये रेट नहीं मिल रहा, असी उसकी किदा फैंट पूरी करके देवे, असी उन्होंने फैंट किस तरह पूरी करा। और दुध नाल कोई बंदा मरता देखा, दुध नाल मरता बंदा, शराब बिच इन्नी क जहर हो रही है, इन्ने क नशे बिक रहे, उन्होंने क्यों सैंपलिंग नहीं हो रही, सैंपलिंग सिर्फ दुध नहीं हो रही है जो कि रेट नहीं, कोई लोग किसी को रेट में कही वो कहना नहीं मेरे को 2 रुपये रेट नहीं मैं वध दे सकता, तू दुध मैं हल्का दे दे। सानू तुरे रास्ते तुरे जाते धक्के अपनी मर्जी एक गड्डी साढ़े मोटरसाइकिल तो खिंच गया उन्हें कैन चो, आ मैं बिचों दूजे ले सैंपल ले लिया, ये चीज़ कर रहे साढ़े नाल धक्का कर रहे, साढ़े नाल धक्का हो रहा। ये अगर सानू कहते मिसबिहेव तो साढ़े नाल ये करते पे, असी की मिसबिहेव किया, ये गरीब बंदे सवेर तो तड़के 2:30-3 बजे तो उठ के इस काम लिए लगे हुए हैं, साढ़े नाल की हो रहा है। 2.5 लाख रुपए तो घट मझ नहीं मिल रही, पट्ठा लैन जाओ 400-500 रुपए क्विंटल तो घट पट्ठा नहीं मिल रहा, तूड़ी नहीं मेरे को किस चीज़ की दूई है, अज मझ नहीं कोई 100 कोई काढ़ा लैन जाओ 2000 तो घट नहीं बनता है, की साढ़े नाल की हो रहा है, एक टीका 500-700 रुपए का है, की साढ़े नाल सब कुछ धक्का हो रहा है। सानू की दे रहे जो सानू पिछले हर साल सानू गल घोटू जा मूँह खोड़ते टीके आ रहे थी, सरकार ने वो भी बंद करते, ये सरकार का हक ही है भी साढ़े सैंपल ले सकती है, सरकार ने सानू जो कुछ देता साढ़े टीके तक बंद कर चुके, सानू वो नहीं दिते है मूँह खोड़ते टीके नहीं दिते, पशुओं की बीमारी है कोई टीका नहीं दिता, किसी चीज़ पर सबसिडी नहीं है, साढ़े नाल क्या धक्का कर सकती सरकार, कि धक्का साढ़े सैंपल कि ले सकती, साढ़े नाल सारा गलत हो रहा है।